ਤੇ ਗਾਇਸ ਤੁਸੀਂ ਦੇਖ ਸਕਦੇ ਹੋ ਜਾਣੀ ਕਿ ਵੀ ਇੱਥੋਂ ਤਾਂ ਮੈਂ ਕੱਢਣ ਲੱਗਿਆ ਹੋਇਆ ਗਾ ਇਧਰੋਂ ਮੈਂ ਇੱਟਾਂ ਵੀ ਕੱਢਤੀਆਂ ਤੇ ਉਧਰੋਂ ਡੈਡੀ ਹੁਣੀ ਵੀ ਲੱਗੇ ਹੋਏ ਆ ਤੇ ਸਾਹ ਚੜ ਗਿਆ ਬਾਕੀ ਹੁਣ ਇੱਧਰ ਵਿਚਾਲੇ ਚਾਚਾ ਲੱਗਿਆ ਹੋਇਆ ਮੈਂ ਇੱਥੋਂ ਗਾਹਾਂ ਜਾ ਰਿਹਾ ਸੀਗਾ ਤੇ ਮੈਨੂੰ ਚੱਕਰ ਜਿਹਾ ਆਉਣ ਲੱਗ ਗਏ ਮੈਂ ਬਹਿ ਗਿਆ ਅੱਜ ਯਾਰ ਸੁਬਹਾ ਦਾ ਮੀਂਹ ਪੈਣ ਲੱਗਿਆ ਹੋਇਆ ਦੇਖੋ ਤੁਸੀਂ ਕਿੰਨਾ ਤੇਜ਼ ਪੈ ਰਿਹਾ ਗਾ ਤੇ ਬਾਹਰ ਦੇਖੋ ਤੁਸੀਂ ਬਾਹਰ ਸੜਕ ਭਰੀ ਪਈ ਆ ਪਾਣੀ ਨਾਲ ਤੇ ਅਸੀਂ ਜਾਣ ਲੱਗੇ ਸੀਗੇ ਮੋਟਰ ਤੇ ਗੇੜਾ ਕੱਢਣ ਮਤਲਬ ਗੱਡੀ ਚ ਉੱਥੇ ਜਦੋਂ ਲਾਹੀ ਗੱਡੀ ਐਂ ਲੱਗਦਾ ਸੀਗਾ ਵੀ ਇਹਨਾਂ ਵਿੱਚ ਨਾ ਖੜ ਨਾ ਜਾਵੇ ਤਾਂ ਕਰਕੇ ਫਿਰ ਤਾਂ ਹੀ ਚਾੜਤੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਯਾਰ ਰੋਕਦੇ ਯਾਰ ਆਪਾਂ ਵੈਲਕਮ ਆਈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਮੈਂ ਦੁਪਹਿਰ ਦੇ ਸਮਝ ਤੁਸੀਂ 2 ਵਜੇ ਸ਼ੁਰੂ ਕਰਨ ਲੱਗਿਆ ਗਾ ਆਹ ਦੇਖੋ ਯਾਰ ਤੁਸੀਂ ਮਤਲਬ ਵੀ ਸੁਬਹਾ ਦਾ ਮੀਂਹ ਪੈਣ ਲੱਗਿਆ ਹੋਇਆ ਗਾ ਹੁਣ ਘੰਟਾ ਤੇਜ਼ ਪੈ ਗਿਆ ਥੋੜਾ ਜਿਹਾ ਤੁਸੀਂ ਪਾਣੀ ਚੈੱਕ ਕਰ ਸਕਦੇ ਹੋ ਉਹ ਦੇਖੋ ਤੁਸੀਂ ਮੋਟਰਸਾਈਕਲ ਅੱਧਾ ਡੁੱਬਿਆ ਪਿਆ ਗਾ ਤੇ ਚਲੋ ਹੁਣ ਆਪਾਂ ਗੱਡੀ ਚ ਬਹਿ ਕੇ ਖੇਤ ਗੇੜਾ ਮਾਰ ਕੇ ਆਉਂਦੇ ਆ ਤੇ ਗੱਡੀ ਦੇਖ ਦਿਆਂਗੇ ਉਰੇ ਵੀ ਰੋਕ ਲੋ ਬਹਿ ਜਾਣ ਤੇ ਸਾਨੂੰ ਆਇਆ ਅੱਛਾ ਗੇਟ ਲਾ ਕੇ ਫਿਰ ਚੜੇਗਾ ਕਿਵੇਂ ਆਇਓ ਚਲ ਕੋਈ ਨਾ ਰੁਕ ਤੁਸੀਂ ਦੇਖ ਹੀ ਸਕਦੇ ਹੋ ਗਾਈਸ ਅਸੀਂ ਸ਼ਾ ਲਾ ਲੈਣੇ ਥੱਲੇ ਆਪਾਂ ਆਹ ਦੇਖੋ ਬਾਲੀ ਪਿੱਛੇ ਨੂੰ ਨਾਲ ਲੈ ਕੇ ਜਾਇਆ ਉਧਰ ਸਲਾਂਸਰ ਥੱਲੇ ਵਗ ਗਿਆ ਹੋਊਗਾ ਦੇਖ ਦੇ ਕੇ ਰੱਖ ਲਓ ਯਾਰ ਗਾਈ ਜੇ ਗੱਡੀ ਬੰਦ ਹੋ ਸਕਦੀ ਹੈਗੀ ਇੰਨੇ ਪਾਣੀ ਦਾ ਬੱਚਾ ਬਹਿ ਜਾ ਕਿੰਨਾ ਛੇਤੀ ਚਾਚਾ ਵੀ ਬਹਿ ਚੁੱਕਿਆ ਤੇ ਬਾਕੀ ਤੁਸੀਂ ਪਾਣੀ ਦੇਖੋ ਯਾਰ ਹੁਣ ਖੇਤ ਜਾ ਕੇ ਦੇਖਦੇ ਹਾਂ ਉੱਥੇ ਕੀ ਮਾਹੌਲ ਚੱਲ ਹੈਗਾ ਨਾਲੇ ਤੁਹਾਨੂੰ ਦਿਖਾਉਂਦੇ ਹਾਂਗੇ ਸ਼ੀਸ਼ਾ ਚਾੜ ਲਈਏ ਉਹ ਦੇਖੋ ਤੁਸੀਂ ਸਾਈਡ ਤੇ ਪਾਣੀ ਕਿੰਨਾ ਜ਼ਿਆਦਾ ਪਾਣੀ ਆ ਉਹ ਮੂਹਰੇ ਅੱਗੇ ਸੜਕ ਉੱਚੀ ਹੈਗੀ ਆਹ ਵਾਲੀ ਨੀਵੀਂ ਥੋੜ੍ਹੀ ਜਿਹੀ ਤਾਂ ਕਰਕੇ ਉਰੇ ਪਾਣੀ ਜ਼ਿਆਦਾ ਖੜ ਜਾਂਦਾ ਉੱਧਰ ਵੀ ਦੇਖੋ ਗਾ ਤੁਸੀਂ ਪਾਣੀ ਕਿਵੇਂ ਜਾ ਰਿਹਾ ਹੈਗਾ ਦੇਖੋ ਦੇਖੋ ਤੁਸੀਂ ਇੱਥੋਂ ਕਿਵੇਂ ਪਾਣੀ ਨਿਕਲ ਕੇ ਜਾ ਰਿਹਾ ਆਹ ਦੇਖੋ ਨਹੀਂ ਅੰਦਰ ਤਾਂ ਹੈ ਨਹੀਂ ਪਾਣੀ ਅੰਦਰ ਤਾਂ ਉਹ ਤਾਂ ਉੱਚਾ ਗਾ ਆਪਣਾ ਸਾਰਾ ਗਾਈਸ ਦੁਬਾਰੇ ਮੀਂਹ ਪੈਣ ਲੱਗ ਗਿਆ ਤੇ ਦੇਖੋ ਤੁਸੀਂ ਕਿੰਨਾ ਜ਼ਿਆਦਾ ਪੈ ਰਿਹਾ ਹੈਗਾ ਬਾਬੇ ਦਾ ਮੈਨੂੰ ਲੱਗਦਾ ਮੋਟਰਸਾਈਕਲ ਬੰਦ ਹੋ ਗਿਆ ਹਜੇ ਵੀ ਮੀਂਹ ਪਈ ਜਾ ਰਿਹਾ ਹੈਗਾ ਤੇ ਬਾਕੀ ਹੁਣ ਆਲੂ ਚੈੱਕ ਕਰਦੇ ਹਾਂਗੇ ਜਾ ਕੇ ਮੇਨ ਆਲੂਆਂ ਦਾ ਹੀ ਹੈਗਾ ਆਲੂ ਬਚ ਜਾਣ ਬਸ ਤੇ ਤੁਹਾਨੂੰ ਦਿਖਾਉਂਦੇ ਹਾਂਗੇ ਵੀ ਜੇ ਵੱਟਾਂ ਦੇ ਉੱਤੋਂ ਦੀ ਪਾਣੀ ਫਿਰ ਗਿਆ ਸਮਝ ਲਓ ਆਲੂਆਂ ਦੀ ਫਿਰ ਤਾਂ ਆਲੂ ਬਚਣਾ ਮੁਸ਼ਕਿਲ ਹੁੰਦਾ ਗਾ ਕਿਉਂਕਿ ਉਸ ਤੋਂ ਬਾਅਦ ਤਾਂ ਫਿਰ ਖਤਮ ਹੀ ਹੁੰਦਾ ਕਹਾਣੀ ਤੇ ਬਾਕੀ ਹੁਣ ਦੇਖਦੇ ਹਾਂ ਚੱਲ ਕੇ ਆਪਣੇ ਗੁਰੀ ਬਾਈ ਦੇ ਆਲੂ ਇੱਥੇ ਕਜੇ ਹੀ ਨੇਗੇ ਉਹਨਾਂ ਤੋਂ ਆਪਾਂ ਅੰਦਾਜ਼ਾ ਲਾ ਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਗਾਹਾਂ ਚੱਲਾਂਗੇ ਤੇ ਤੁਹਾਨੂੰ ਦਿਖਾਉਂਦੇ ਹਾਂਗੇ ਇੱਥੇ ਬਾਕੀ ਜਿੰਨਾ ਕੁ ਸਾਨੂੰ ਲੱਗਦਾ ਵੀ ਜਿੰਨਾ ਇੰਨਾ ਮੀਂਹ ਪੈ ਗਿਆ ਤੇ ਵੱਟਾਂ ਉੱਤੋਂ ਤਾਂ ਹੀ ਟੱਪ ਸਕਦਾ ਕਿਉਂਕਿ ਦੇਖਦੇ ਹਾਂ ਨਹੀਂ ਵੱਟਾਂ ਉੱਤੋਂ ਤਾਂ ਹੀ ਟੱਪਿਆ ਪਰ ਵੱਟਾਂ ਹੀ ਲੱਭੀ ਆ ਮਾੜੀ ਮਾੜੀ ਦੀਨੀਆਂ ਨੇ ਵੱਟਾਂ ਕੋਈ ਕੋਈ ਡੁੱਬੀ ਹੈਗੀ ਮਤਲਬ ਵੀ ਬਚਣ ਦੇ ਚਾਂਸਸ ਹੈਗੇ ਨੇਗੇ ਆਲੂ ਵਾਲੇ ਲੰਗੇ ਕਿ ਆਪਣੀ ਮੋਟਰ ਵਾਉਣ ਵਾਲੀ ਹੈਗੀ ਹੁਣ ਤੁਹਾਨੂੰ ਮੋਟਰ ਤੇ ਚੱਲ ਕੇ ਦਿਖਾਉਂਦੇ ਆ ਗੁਰੀ ਵੀ ਉੱਥੇ ਫਿਰਦਾ ਗਾ ਦੇਖਦਾ ਤੇ ਉਹਦੇ ਲਵੇ ਚੱਲ ਕੇ ਪੁੱਛਦੇ ਆਂਗੇ ਕੀ ਮਾਹੌਲ ਚੱਲ ਹੈਗਾ ਚਲ ਹੁਣ ਤਾਂ ਰੁਕ ਗਿਆ ਮੀ ਫਿਲਹਾਲ ਇੰਨਾ ਕੀ ਚਾਹੀਦਾ ਬਾਈ ਹੋਰ ਨਾ ਪਵੇ ਔਖਾ ਹੋ ਜਾਊਗਾ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਤਾਂ ਇਹਨੂੰ ਪਾਣੀ ਨਹੀਂ ਲਾਇਆ ਇਹਨੂੰ ਪਾਣੀ ਨਹੀਂ ਲਾਇਆ ਸੀਗਾ ਇਹਦੇ ਵਿੱਚ ਖਾਈ ਨਹੀਂ ਪਾਣੀ ਹੈ ਨਾ ਬਹੁਤ ਘੱਟ ਆ ਬਹੁਤ ਘੱਟ ਆ ਜਾਣੀ ਕਿ 2 ਇੰਚ ਵੱਟਾਂ ਦਿਖਦੀਆਂ ਨੇ ਅਗਰ 1 ਇੰਚ 2 ਇੰਚ ਇਹਨੂੰ ਪਾਣੀ ਨਹੀਂ ਲਾਇਆ ਸੀ ਡੈਡੀ ਕਹਿੰਦੇ ਵੀ ਇਹਦੇ ਚ ਪਾਣੀ ਤਾਂ ਘੱਟ ਆ ਥੋੜਾ ਜਿਹਾ ਉਧਰ ਵੀ ਲੱਗੇ ਹੋਏ ਆਲੂ ਤਾਂ ਵੈਸੇ ਆਪਣੇ ਤੇ ਉਧਰ ਮੂਹਰੇ ਗੁਰੀ ਬਾਈ ਖੜਾ ਗਾ ਵੱਧ ਪਾਣੀ ਲੱਗ ਜਾਵੇ ਉਹਨਾਂ ਕੁ ਹੋ ਗਿਆ ਇਹਨੂੰ ਬਸ ਵੱਧ ਨੂੰ ਵੱਧ ਹੀ ਆ ਵੱਧ ਨੂੰ ਵੱਧ ਹੀ ਆ ਦੇਖੋ ਗੁਰੀ ਬਾਈ ਖੜਾ ਉਧਰ ਤੇ ਹੁਣ ਗੱਡੀ ਖੜਾ ਕੇ ਫਿਰ ਚੱਲਦੇ ਆ ਬਾਹਰ ਤੁਹਾਨੂੰ ਦਿਖਾਉਂਦੇ ਆ ਹੋਰ ਫਿਰ ਗੁਰੀ ਕਿੰਨਾ ਕੁ ਮੀਂਹ ਪੈ ਗਿਆ ਜਮਾ ਹੀ ਕਰਦਾ ਦੇਖ ਹਾਰਟ ਬੀਟ ਲਾ ਕੇ ਦੇਖ ਲਾ ਜੇ ਆਲੂ ਖਰਾਬ ਹੋ ਗਏ ਬਾਈ ਔਖਾ ਹੋ ਜੂ ਯਾਰ ਅਰਦਾਸ ਕਰਿਓ ਵੀ ਆਲੂ ਬਚ ਜਾਣ ਬਾਕੀ ਹੁਣ ਤੁਹਾਨੂੰ ਦਿਖਾਉਂਦੇ ਆ ਉਹ ਦੇਖ ਲੈ ਇੱਕ ਚਾੜ ਕੇ ਆ ਦੇਖੋ ਯਾਰ ਤੁਸੀਂ ਆਲੂ ਜਾਣ ਕੇ ਵੱਟਾਂ ਡੁੱਬੀਆਂ ਪਈਆਂ ਨੇ ਲਗਭਗ ਨਹੀਂ ਤਿਲਕਦੇ ਸਾਡੇ ਬੂਟ ਪਾਏ ਹੋਏ ਆ ਤੁਹਾਡੇ ਕਿ ਭੈਣ ਚ ਅੱਛਾ ਹੈ ਹੀ ਨੀ ਕੁਛ ਵੀ
गाइज मैं बूट लाते क्योंकि मैं डिगदा डिगदा बचिया गा उत्थे ते हुण चलो अगे चलते हैं पट ते हौली हौली ते देखदे हां चल की माहौल चल है। आलूआं नूं तां पानी नहीं लग्या होया सीगा तां करके इन्हां दी थोड़ा जिहा मण की थोड़े जिहा मतलब बट्टां नंगियां नहीं है ते बाकी उधर देखदे हां उन्हां नूं मिलदा तां पानी लग्या होया सीगा ते उन्हां दा पता नहीं की बणिया होगा चलो चल के देखदे हां। बाकी मैं हुणे डिगदा डिगदा बचिया गा ते खाल च डिग पिया सीगा मैं चाचा ने बचा लिया ते बाकी हुण अगे अगे चलदे हां हौली हौली पर पता नहीं रब ने की कीता हुण पता नहीं अगे की बनूगा बाकी तुसी देखते रहो। अच्छा बूट नहीं लाए तै लोहड़ी मैं तो लाते ठंड लगती है बूट लाए ते थले मिट्टी भी ठंडी है। आ देखो तुसी पानी ते बाला नहीं जाए जा ते प्लीज गुरी बाई तुरे आगा थो दिखा गा ते मेन कहना भज के चल भज के तो फिर मैं पहुंच गया तो मैं कणक च ही रहूंगा इधर वह पतली जी बट आ ए भी ओह मीह करके हुण होरी खुरी जी पई आ हौली हौली तुरे जाने ते बाकी हाँ देखो ओ हो बचती हो गए ऐ सिखाला है ना वैसे मैं तो बट तो ही हूं। पानी गर्म आया ठंडा दसी ठंडा किन्ना ठंडा इन्ना नहीं है बाकी देखो तुसी ले जाने की देखो तुसी आलू नंगे करते भाई मैं पानी च उतरिया सीगा हो कहदा बड़ा ठंडा नहीं हैगा इन्ना ज्यादा ठंडा गा जाने की पैर सुन्न हो गए मैं पड़ती ठीक हां कड के खूच नु ए मीह तो पहला हां करके गए होंगे आ दे पानी तो जांदा वापस इधर नु जांदा ना निकलदा गा पानी इन्हां दी बट्टां छोटियां सी कढ़ना जरूरी सी इन्हां अपनी तो बट्टां उच्चियां ने ते बाकी देखो पानी निकलदा इन्हां दा तां इन्हां ने खूह च कढ़िया होया आपां वी खूह च छड्ड देंगे पानी हुण जाके कोई ना खूह दे विच निकल जूगा सारा पानी है ना तां ही आवाज ही आउंदी सी जिवें खूह च पानी छड्डिया हुंदा। बाकी यार रब्बा बस होर ना पाई हुण बहुत हो गया ना ना बचाले पैर रख ला भाई टेढ़ा जा देख 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 आ की ना भी ना देख ला लखी कर गया ऐ टेढ़ा टेढ़ा पैर ना ले बस आ गए आ देखो तुसी जेड़ी बट दे उत्तों दी पानी निंग गया ओ आलू बचदा नहीं बस वो खत्म आ कहानी जा तो जे आप हूं ही पट लीए पर पट्टे जाने ट्रैक्टर बिच बढ़ना नहीं फिर पट्टे आ बट थोड़ी ठीक आ ते मैं भी तुरै जाना हौली हौली आ तला भी बनया पिया गा है ना ती देख सकते होंगे ए च की बीजा होया सीगा है पट्ठे लाने सीगे अच्छा गठे भी थोड़े कर दी सट जा देखो जमी तला भी बने पिया ते मी फिर शुरू हो गया की चक्कर है यार भज जाएंगे छेती चलते हैं ते गाइस मी दोबारे शुरू हो चुके है देखो तुसी तेज हुई यार हौली हौली ना कर रब्बा यार ऐदा क्या कहना चाहते हो आप देख सकते हो मीह कितना तेज हो गया इस करके हुण असीं पट्टना शुरू करता ते मैं भी नाल ला दांगा ते पट्ट के पानी काढ दईए किरण इधर उत्थे खूह दा मतलब उत्थे एंट्रेंस आ उत्थों पट्टांगे ते फिर ऐं दी उत्थों खूह च नूं पानी जाऊगा ते हुण छेती लग जाणा ते गाइस तुसीं देख सकते हो जाने की भी इत्थों तां मैं कढ़न लग्गिया होया गा इधरों मैं इट्टां भी काढतीआं ते उधर हुण डैडी हुणी भी लगे होए आ ते साह चढ़ गया बाकी हुण नाल दी नाल पट्टी जाने आ तुसीं देखो सारा मतलब भी पट्टना बहुत जरूरी आ नहीं आलू खराब हो जाएंगे चलो लगते हैं हुण ज्यादा गल्लां नहीं मारदे देखो असी पट्टी जा रहे हैं ते मीह रुक नहीं रहा ते बस की कही हुण थोनू इधरों तां मैं सारा जिवें बेली करता ते उधरों डैडी हुणी लगे हुए आ इधर विचाले चाचा लग्या होया मैं इत्थों गाह जा रहा सीगा ते मैनूं चक्कर जाण लग गए मैं बह गया ते हुण दुबारे लग्गिया गा देखो तुसी इहनूं भिज्जी जा रहे हैं बिच्ची सारा कुछ देखो लगदा जाने की औखा काम ते बाकी मीह हट जाए उही चंगा गा क्योंकि जे मीह हट गया आलू बचन दी संभावना हैगी आ जे मीह ना हटिया फिर तां नहीं कुछ बचदा लगदा।
ਚਲੋ ਤੁਸੀਂ ਸਾਰਾ ਪੱਟਤਾ ਤੁਰ ਥਾਈ ਤੇ ਮਾੜੀ ਮਾੜੀ ਜਿਹੜੀ ਕੱਢਣੀ ਰਹਿੰਦੀ ਸੀਗੀ ਉਹ ਹੁਣ ਕੱਢਣ ਲੱਗੇ ਹੋਏ ਆਗੇ ਤੇ ਆਹ ਦੇਖੋ ਬਾਕੀ ਇੱਧਰ ਵੀ ਦਿਖਾਉਣਾ ਤੁਹਾਨੂੰ ਆਪ ਵੀ ਚੈੱਕ ਕਰੋ ਤੁਸੀਂ ਇੱਧਰ ਵੀ ਸਾਰਾ ਪੱਟਤਾ ਤੇ ਹੁਣ ਉੱਥੋਂ ਬਸ ਵੱਢਣਾ ਰਹਿੰਦਾ ਭਾਈ ਕਟੱਕ ਲਾਉਣਾ ਉਦੋਂ ਬਾਅਦ ਪਾਣੀ ਸਾਰਾ ਖੂਹ ਚ ਐਡੀ ਛੇਤੀ ਤਾਂ ਨਹੀਂ ਜਾਂਦਾ ਹਨਾ ਟਾਈਮ ਚ ਨਿਕਲ ਜੂ ਇਹਦੇ ਚ ਦੋ ਘੰਟੇ ਨਿਕਲ ਜੂ ਇਹਨੇ ਬਸ ਮਤਲਬ ਆਪਣਾ ਖੂਹ ਤਾਂ ਉਹ ਆ ਅਸੀਂ ਖੂਹ ਨਾ ਰੱਖਿਆ ਹੋਇਆ ਲੈਂਟਰ ਪਾ ਕੇ ਰੱਖਿਆ ਹੋਇਆ ਬਸ ਉੱਤੇ ਇਹ ਵਿੱਚੋਂ ਸਾਰਾ ਖਾਲੀ ਹੈ ਜਾਣੀ ਕਿ ਇਹਦੇ ਵਿੱਚ ਅਸੀਂ ਕੂੜਾ ਕਾੜਾ ਸੁੱਟ ਦਿੰਦੇ ਹੁੰਦੇ ਜਾਂ ਕੁਛ ਹੋਰ ਆ ਉਰੇ ਦੇਖ ਲਓ ਤੁਸੀਂ ਢੱਕਣ ਰੱਖਿਆ ਹੋਇਆ ਗਿਆ ਤੇ ਲੈਂਟਰ ਪਾ ਕੇ ਤੇ ਵਧੀਆ ਆਪਾਂ ਨੂੰ ਇਹਨੇ ਸਹਾਰਾ ਦਿੱਤਾ ਹੁਣ ਤੇ ਇਹਦੇ ਸਹਾਰੇ ਨਾਲ ਹੀ ਹੁਣ ਆਪਣਾ ਪਾਣੀ ਨਿਕਲ ਲਾਂਗਾ ਸਾਰਾ ਤੁਸੀਂ ਦੇਖ ਸਕਦੇ ਹੋਗੇ ਪਿਛਲੀ ਵਾਰ ਵੀ ਕੱਢਿਆ ਸੀਗਾ ਤੇ ਐਤਕੀ ਵੀ ਕੱਢਣ ਲੱਗੇ ਆਗੇ ਹੁਣ ਜ਼ਰੂਰੀ ਆ ਪਾਣੀ ਕੱਢਣਾ ਬਹੁਤ ਮਾਂ ਟੱਕ ਕੇ ਨਾ ਕੱਢਦੇ ਪਾਣੀ ਸਾਰੇ ਦੇਖੋ ਹੁਣ ਫਿਰ ਆਉਣ ਲੱਗਿਆ ਹੁਣ ਪਾਣੀ ਹੁਣ ਕਿਰਾਂ ਬਸ ਖੋਲਣ ਲੱਗੇ ਹਾਂ ਤੇ ਜਾਊਗਾ ਹੁਣ ਪਾਣੀ ਬਸ ਉੱਧਰ ਦੇਖੋ ਯਾਨੀ ਕਿ ਸਾਰੀਆਂ ਵੱਟਾਂ ਉੱਥੋਂ ਵੱਢ ਕੇ ਤੇ ਉੱਧਰੋਂ ਪਾਣੀ ਆਊ ਸਾਰਾ ਜਿੰਨਾ ਵੀ ਆਉਣਾ ਹੋਊਗਾ ਆਹ ਦੇਖੋ ਤੁਸੀਂ ਅੱਛਾ ਆਹ ਵੀ ਵੱਢਦੇ ਮੂਹਰੋਂ ਆਹ ਦੇਖੋ ਆਲੂ ਤੁਸੀਂ ਜੇ ਆਪਾਂ ਹੁਣ ਪੱਟ ਸਕਦੇ ਹੁੰਦੇ ਤਾਂ ਪੱਟ ਦਿੰਦੇ ਹਨਾ ਫਿਰ ਮਤਲਬ ਵੀ ਫਿਰ ਕੱਚਾ ਆਲੂ ਵਿਕ ਜਾਂਦਾ ਨਾ ਰੇੜੀ ਅੱਛਾ ਦੇਖੋ ਤੁਸੀਂ ਹੁਣ ਹੌਲੀ ਹੌਲੀ ਚਲਾਇਆ ਗਾ ਤੇ ਹੌਲੀ ਹੌਲੀ ਚੱਲੂਗਾ ਜਾਣੀ ਕਿ ਇਹ ਐਡੀ ਛੇਤੀ ਨਹੀਂ ਹੁਣ ਨਿਕਲਣ ਲੱਗਿਆ ਪਾਣੀ ਤੇ ਮਤਲਬ ਵੀ ਹੁਣ ਜਦੋਂ ਆਇਆ ਮੂਹਰੋਂ ਹਜੇ ਉਹ ਉੱਚਾ ਜਿਹੜਾ ਗਾ ਉਹ ਕਰਨਾ ਪਊਗਾ ਫਿਰ ਹੌਲੀ ਹੌਲੀ ਚੱਲ ਪੈਣਾ ਪਾਣੀ ਖੂਹ ਚ ਨਿਕਲਣ ਨੂੰ ਫਿਰ ਦੇਖਿਓ ਤੁਸੀਂ ਫਿਰ ਤਾਂ ਆਪਦੇ ਆਪ ਹੀ ਜਾਈ ਜਾਊਗਾ ਉਹ ਦੇਖੋ ਜਾਂਦਾ ਨਾ ਪਾਣੀ ਚਾਹ ਦੇਖੋ ਤੁਸੀਂ ਹੁਣ ਜਦੋਂ ਉਧਰੋਂ ਮੂਹਰੋਂ ਕਲੀਅਰ ਹੋ ਗਿਆ ਫਿਰ ਆਪਦੇ ਆਪ ਹੀ ਪਾਣੀ ਜਾਈ ਜਾਣਾ ਦੇਖੋ ਤੁਸੀਂ ਹੁਣ ਤੇ ਫਿਰ ਜਿਹੜਾ ਖੂਹ ਤਾਂ ਨੀ ਭਰਦਾ ਆਪਣਾ ਇਹਦਾ ਥੱਲੇ ਹੀ ਜਾਈ ਜਾਣਾ ਪਾਣੀ ਜਿੰਨਾ ਮਰਜ਼ੀ ਪਾ ਦੋ ਇਹਦੇ ਚ ਆਹ ਦੇਖ ਲਓ ਤੁਸੀਂ ਦੱਸ ਸਕਦੇ ਹਾਂ ਵੀ ਹਜੇ ਤਾਂ ਆਲੂਆਂ ਦਾ ਇੰਨਾ ਕੁ ਸਾਈਜ਼ ਹੋਇਆ ਹੈਗਾ ਇੱਥੋਂ ਜਦੋਂ ਪੱਟੇ ਸੀ ਉਦੋਂ ਨਿਕਲੇ ਹੈਗੇ ਤੇ ਹਜੇ ਇਹਨਾਂ ਨੇ ਆਪਣੇ ਮੇਰੇ ਹੱਥ ਜਿਹੜੇ ਆਲੂ ਬਣਨੇ ਹੈਗੇ ਇਹ ਤੇ ਹਜੇ ਤਾਂ ਇਹਨਾਂ ਦਾ ਮਤਲਬ ਵੀ ਕਹਿੰਦੇ ਡੈਡੀ ਕਹਿੰਦੇ ਵੀ ਮਹੀਨਾ ਡੇਢ ਮਹੀਨਾ ਹਜੇ ਪਿਆ ਆਲੂਆਂ ਦਾ ਹੈਂਜੀ ਹਜੇ 60 ਦਿਨਾਂ ਦੇ ਹੋਏ ਆ 60 ਦਿਨ ਹਜੇ ਹੋਰ ਪਏ ਆ ਹਜੇ 60 ਦਿਨ ਹੋਰ ਪਏ ਆ ਫਿਰ ਉਸ ਤੋਂ ਬਾਅਦ ਕਿਤੇ ਜਾ ਕੇ ਆਲੂ ਪੱਟੇ ਜਾਣਗੇ ਦੇਖੋ ਤੁਸੀਂ ਜੇ ਬੱਚੇ ਦਾ ਕੀ ਮਤਲਬ ਆ ਬਚਣਗੇ ਆਲੂ ਬਚਣਗੇ ਐਂ ਕਿਉਂ ਨੀ ਬਚਣਗੇ ਉਹ 3 ਕਿੱਲਿਆਂ ਦਾ ਘੇਰਾ ਗਾ ਆਪਣਾ ਉਹਦੇ ਚ ਹੁਣ ਆਪਾਂ ਖਾਲ ਦੇ ਵਿੱਚ ਪਾਣੀ ਛੱਡ ਲਿਆ ਗਾ ਤੇ ਹੁਣ ਇੱਥੋਂ ਮਤਲਬ ਵੀ ਆ ਖਾਲ ਦਾ ਪਾਣੀ ਆਪਾਂ ਇਧਰੋਂ ਵੱਢਾਂਗੇ ਇਹਨੂੰ ਤੇ ਉਹ ਖਾਲ ਫਿਰ ਉਧਰੋਂ ਦੀ ਲੈ ਕੇ ਜਾਵਾਂਗੇ ਕਿਉਂਕਿ ਇਹਨਾਂ ਚੋਂ ਪਾਣੀ ਕੱਢਣ ਦੀ ਇੰਨੀ ਜ਼ਰੂਰਤ ਨਹੀਂ ਹੈਗੀ ਉਹਨਾਂ ਚੋਂ ਜ਼ਿਆਦਾ ਆ ਕਿਉਂਕਿ ਉਹ ਡੁੱਬੇ ਹੋਏ ਨੇ ਆਹ ਡੁੱਬੇ ਨਹੀਂ ਹੋਏ ਇਹਨਾਂ ਨੂੰ ਪਾਣੀ ਨਹੀਂ ਲੱਗਿਆ ਹੋਇਆ ਸੀਗਾ ਉਹਨਾਂ ਨੂੰ ਪਾਣੀ ਲੱਗਿਆ ਹੋਇਆ ਸੀਗਾ ਇਸ ਕਰਕੇ ਉਹਨਾਂ ਚੋਂ ਪਾਣੀ ਕੱਢਣਾ ਜ਼ਰੂਰੀ ਹੈਗਾ ਤੇ ਬਾਕੀ ਹੁਣ ਦੇਖਦੇ ਛੇਤੀ ਛੇਤੀ ਕੱਢਦੇ ਹਾਂ ਪਾਣੀ ਕਿਰਾਂ ਆਹ ਦੇਖੋ ਹੁਣ ਇੱਥੋਂ ਵੱਢ ਕੇ ਆ ਖਾਲ ਦੇ ਵਿੱਚ ਦੀ ਉੱਧਰ ਦੀ ਜਾਊਗਾ ਪਾਣੀ ਤੇ ਦੇਖੋ ਤੁਸੀਂ ਆਪਾਂ ਦੇਖੋ ਜਿੱਦਾਂ ਉੱਥੋਂ ਦੀ ਉਹ ਖਾਲ ਦੇ ਵਿੱਚ ਦੀ ਹੁਣ ਆਹ ਖਾਲ ਦੇ ਵਿੱਚ ਛੱਡ ਲਿਆ ਇੱਥੋਂ ਆਹ ਸਿੱਧਾ ਰਸਤਾ ਬਣਾ ਦਾਂਗੇ ਉੱਥੇ ਨੂੰ ਕਿਉਂਕਿ ਉੱਥੇ ਫਿਰ ਆਪਾਂ ਜਿੱਥੇ ਪੱਟਿਆ ਹੋਇਆ ਉੱਥੇ ਤੱਕ ਹੈਗਾ ਤੇ ਆਹ ਬੇਲਾਂ ਹੁਣ ਮੈਂ ਸਾਈਡਾਂ ਤੈਨੂੰ ਕਰਦਾ ਕਿਉਂਕਿ ਨਹੀਂ ਬੇਲਾਂ ਨਾ ਖਰਾਬ ਹੋ ਜਾਣ ਚਲੋ ਮੈਂ ਕਰਦਾ ਤੇ ਹੁਣ ਮੈਂ ਘਰੇ ਚਾਹ ਲੈਣ ਆਇਆ ਸੀਗਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਝੋਲੇ 'ਚ ਚਾਹ ਤੇ ਹੁਣ ਬਸ ਆਪਾਂ ਚੱਲ ਦਿਆਂਗੇ ਕਿਰਾਂ ਤੇ ਉੱਥੇ ਮੋਟਰ ਤੇ ਜਾ ਕੇ ਤੇ ਦੂਜੀ ਮੋਟਰ ਤੇ ਵੀ ਜਾਣਾ ਉੱਥੇ ਵੀ ਆਲੂ ਬੀਜੇ ਹੋਏ ਆ ਤਾਂ ਵਧੀਆ ਨਿਕਲਦਾ ਗਾ ਹੁਣ ਮੈਂ ਜਾਣੀ ਕਿ ਮੋਟਰ ਤੇ ਚਾਹ ਚੂ ਤਾਂ ਪੀ ਲਈ ਅਸੀਂ ਚਾਹ ਮੈਂ ਲਿਆਇਆ ਸੀਗਾ ਉਰੇ ਤੇ ਬਾਕੀ ਹੁਣ ਦੂਜੀ ਮੋਟਰ ਤੇ ਜਾ ਰਹੇ ਹਾਂਗੇ ਅਸੀਂ ਤੇ ਮੈਨੂੰ ਪਤਾ ਨਹੀਂ ਚੱਕਰ 'ਚ ਆਉਂਦੇ ਹੈਗੇ ਉਹ ਹੁਣ ਚੈੱਕ ਕਰਾ ਕੇ ਆਉਂਦੇ ਆ ਪਤਾ ਨਹੀਂ ਕਿਉਂ ਆਉਂਦੇ ਆ ਇੱਧਰ ਦੇਖੋ ਤੁਸੀਂ ਪਾਣੀ ਜਾ ਰਿਹਾ ਪੂਰਾ ਵਧੀਆ ਬਹਿੰਦੇ ਗੱਡੀ 'ਚ ਕਿਰਾਂ ਫਿਰ ਚੱਲਦੇ ਹਾਂ ਅੱਛਾ ਕੀ ਕਰੀ ਜਾਂਦਾ ਗਾ ਕਦੇ ਤੂੰ ਟੋਪੀ ਅੱਛਾ ਅੱਛਾ ਇਹਨੂੰ ਠੰਡ ਲੱਗਦੀ ਆ ਉਵੇਂ ਦੱਸ ਲੈ ਤੇ ਹੁਣ ਅਸੀਂ ਦੂਸਰੀ ਮੋਟਰ ਤੇ ਜਾ ਰਹੇ ਹਾਂ ਕੁਲਚੇ ਤਾਂ ਨਹੀਂ ਖਾਣੇ ਚਾਚਾ ਚਾਹ ਛੱਡ ਫਿਰ ਚਲੋ ਕਿਰਾਂ ਉੱਧਰ ਤਾਂ ਤਲਾਬ ਬਣਿਆ ਪਿਆ ਇਹਦੇ ਪੱਠੇ ਪੱਠੇ ਦੀ ਮਿੱਟੀ ਉਹ ਮਤਲਬ ਇੱਟਾਂ ਉੱਟਾਂ ਜੀ ਬਣਾਉਂਦੇ ਆ ਨਾ ਫਿਰ ਜਿਹੜੀਆਂ ਬਣਾਈਆਂ ਪਈਆਂ ਹੋਣਗੀਆਂ ਚਾਹ ਉਹ ਵੀ ਖਰਾਬ ਗਈਆਂ ਸਾਰਾ ਕੁਛ ਹੀ ਹੈ ਨਾ ਦੇਖ ਸਕਦੇ ਹਾਂ ਵੀ ਬਾਲਾ ਨਹੀਂ ਹੈਗਾ ਪਾਣੀ ਉਰੇ ਤਾਂ ਸੈੱਟ ਹੀ ਹੈਗਾ ਤੇ ਹੁਣ ਦੂਜੇ ਪਾਸੇ ਗੇੜਾ ਮਾਰ ਕੇ ਆਉਂਦੇ ਹਾਂ ਉੱਧਰਲੀ ਸਾਈਡ ਆਪਣੇ ਉੱਧਰਲੇ ਸਾਈਡ ਜਿਹੜਾ ਆਪਾਂ ਮਤਲਬ ਵੀ ਆਪਣੇ ਉੱਚੇ ਨੀਵੇਂ ਜਿਹੇ ਘੇਰੇ ਨੇ ਉੱਧਰ ਵੀ ਦੇਖ ਕੇ ਆਉਂਦੇ ਹਾਂ ਤੇ ਉੱਧਰ ਦਾ ਆਪਣਾ ਘੇਰਾ ਜਿਹੜਾ ਵੀ ਸਾਰੇ ਹੀ ਆ ਉਹ ਉੱਚਾ ਹੀ ਹੈਗਾ ਸਾਰਿਆਂ ਨਾਲੋਂ ਤੇ ਉਹਦਾ ਪਾਣੀ ਤਾਂ ਮੈਨੂੰ ਲੱਗਦਾ ਸਾਨੂੰ ਲੱਗਦਾ ਵੀ ਨਿਕਲ ਹੀ ਗਿਆ ਹੋਊਗਾ ਕਿਸੇ ਨੇ ਪਾਸੇ ਟੁੱਟ ਟੁੱਟ ਕੇ ਤੇ ਬਾਕੀ ਹੁਣ ਜਾ ਕੇ ਦੇਖਦੇ ਆਂਗੇ ਚਾਚਾ ਕੀ ਕਹਿਣਾ ਵਾ ਕੀ ਕਹਿਣਾ ਚਾਹੁੰਦਾ ਹੈ ਪਾਣੀ ਕੱਢ ਨਿਕਲ ਗਿਆ ਹੋਊਗਾ ਨਿਕਲ ਗਿਆ ਹੋਊਗਾ ਪਰ ਬਾਕੀ ਹੁਣ ਆਪਾਂ ਦੇਖ ਕੇ ਹੈ ਬੋਰੀਆਂ ਲਾਈਆਂ ਹੋਈਆਂ ਸੀ ਅੱਛਾ ਬੋਰੀਆਂ ਲਾਈਆਂ ਹੋਈਆਂ ਸੀ ਚਲੋ ਕੋਈ ਨਾ ਤਾਂ ਖੋਲ ਦਾਂਗੇ ਥੱਲੇ ਨੂੰ ਜਾਈ ਜਾਊਗਾ ਪਾਣੀ ਤੇ ਬਾਕੀ ਉਹ ਰਵੇਸ਼ ਵਾਲਾ ਵਾਹਣ ਹੈਗਾ ਤੇ ਉਹਦੇ ਚ ਮਤਲਬ ਵੀ ਆਪਣਾ ਉਧਰ ਵਾਹਣ ਹੈਗਾ ਉਹ ਰਵੇਸ਼ ਵਾਲਾ ਵਾਹਣ ਹੈਗਾ ਤੇ ਉਹਦੇ ਚ ਪਾਣੀ ਖੜਦਾ ਨੀਗਾ
ਰੇਤਲਾ ਵਾਹਣ ਜਾਣੀ ਕਿ ਹਨਾ ਜੀ ਤੇ ਉੱਥੇ ਪਾਣੀ ਖੜਦਾ ਨੀ ਉਹ ਚ ਪੀ ਜੂਗੀ ਆਰਾਮ ਨਾਲ ਚੈੱਕ ਕਰ ਸਕਦੇ ਹੋ ਵੀ ਇਹਦੇ ਚ ਪਾਣੀ ਖੜਾ ਗਾ ਤੇ ਹੁਣ ਕੱਢ ਦਿਆਂਗੇ ਕਿਸੇ ਪਾਸੇ ਨੂੰ ਘਟਿਆ ਗਾ ਹਨਾ ਇਹ ਚ ਥੋੜਾ ਘਟਿਆ ਘਟਿਆ ਨੀ ਗਾ ਪਾਣੀ ਇਹਨੂੰ ਪਾਣੀ ਮਤਲਬ ਵੀ ਲੱਗਿਆ ਹੋਇਆ ਸੀ ਨਹੀਂ ਲੱਗਿਆ ਹੋਇਆ ਪਾਣੀ ਮੀਂਹ ਜ਼ਿਆਦਾ ਪਿਆ ਗਾ ਤੁਸੀਂ ਬਾਹਰ ਦੇਖ ਸਕਦੇ ਹੋਗੇ ਆਪ ਹੀ ਚੈੱਕ ਕਰ ਸਕਦੇ ਹੋਗੇ ਤੇ ਪਾਣੀ ਇੱਧਰ ਹੈਗਾ ਜ਼ਿਆਦਾ ਪਰ ਇੱਧਰ ਨਹੀਂ ਹੈਗਾ ਆਪਣੇ ਪੱਟਿਆਂ ਚ ਇੱਧਰ ਨਹੀਂ ਹੈਗਾ ਨਾ ਜੀ ਪਾਣੀ ਆਹ ਦੇਖੋ ਇੱਧਰ ਘੱਟ ਆ ਜੇ ਤੇ ਗਾਈ ਉਸ ਤੋਂ ਬਾਅਦ ਮੈਂ ਬਿਮਾਰ ਹੋ ਗਿਆ ਸੀਗਾ ਪਤਾ ਨੀ ਮੈਨੂੰ ਕੀ ਹੋਇਆ ਮੇਰਾ ਬੀ ਪੀ ਹਾਈ ਹੋ ਗਿਆ ਤੇ ਫਿਰ ਮੈਂ ਦਵਾਈ ਦਵੂਈ ਲੈ ਕੇ ਆਇਆ ਤੇ ਹੁਣ ਮੈਂ ਠੀਕ ਹਾਂ ਤੇ ਹੁਣ ਮੈਂ ਚੇਂਜ ਕਰ ਲਏ ਸੀ ਕੱਪੜੇ ਸਾਰੇ ਗਿੱਲੇ ਹੋ ਗਏ ਸੀਗੇ ਤੇ ਮੈਂ ਹੁਣ ਕੱਪੜੇ ਚੇਂਜ ਕਰ ਚੁੱਕਿਆ ਤੇ ਹੁਣ ਮਤਲਬ ਵੀ ਹੁਣ ਥੋੜੇ ਠੀਕ ਮਹਿਸੂਸ ਹੋ ਰਿਹਾ ਤੇ ਚਲੋ ਹੁਣ ਫਿਰ